ਸਸਤੀ ਗਾਲ ਜੀ ਸਾਰਿਆਂ ਨੂੰ ਅੱਜ ਨਾ ਮੈਂ ਤੁਹਾਡੇ ਨਾਲ ਇੱਕ ਸਟੋਰੀ ਸ਼ੇਅਰ ਕਰਨੀ ਹੈ ਮੈਂ ਲਾਈਫ 'ਚ ਬਹੁਤ ਪਹਿਲੇ ਸੁਣੀ ਸੀ ਤੇ ਮੇਰੀ ਥਿੰਕਿੰਗ ਬਦਲ ਗਈ ਹੋ ਸਕਦਾ ਤੁਹਾਡੇ ਵੀ ਕੰਮ ਆਵੇ ਇਸ ਕਰਕੇ ਆਖਰੀ ਤੱਕ ਸੁਣਨਾ ਕੀ ਮੈਸੇਜ ਹੈ ਦਿੱਲੀ 'ਚੋਂ ਆ ਨਾ ਮੈਂ ਤੇ ਦਿੱਲੀ 'ਚ ਨਾ ਸਾਡੇ ਉੱਥੇ ਗਲੀ 'ਚ ਨਾ ਇੱਕ ਛੋਟੀ ਜੀ ਕੁੜੀ ਕੁੜਾ ਵੀ ਨੰਨਾਂਦੀ ਹੁੰਦੀ ਸੀ ਲਗ 13-14 ਸਾਲ ਦੀ ਹੋएगी ਜਿਹੜਾ ਲੈ ਕੇ ਤੇ ਉਹਨਾਂ ਜਦੋਂ ਵੀ ਆਣਾ ਨਾ ਗਲੀ 'ਚ ਵੜਨਾ ਤੇ ਗਲੀ ਦੇ ਕੁੱਤੇ ਨਾ ਪਾਉਣੇ ਸ਼ੁਰੂ ਕਰ ਦਿੰਦੇ ਸੀ ਤੇ ਕੁੱਤਿਆਂ ਨੂੰ ਬਿਲਕੁਲ ਇਗਨੋਰ ਕਰਦੀ ਸੀ ਕੋਈ ਅਟੈਨਸ਼ਨ ਨਹੀਂ ਦਿੰਦੀ ਸੀ ਤੇ ਉਹਨੇ ਘਰ ਦੇ ਮੂਰੇ ਜਾਣਾ ਬਾਲਟੀ ਚੁਕਣੀ ਆਪਣੇ ਰੇੜੇ 'ਚ ਪਾਣੀ ਬਾਲਟੀ ਰੱਖਣੀ ਤੇ ਦੂਜੇ ਘਰ ਚ ਚਲੇ ਜਾਣਾ ਫਿਰ ਦੂਜੇ ਤੋਂ ਤੀਜੇ ਤੱਕ ਤੇ ਕੁੱਤੇ ਭੌਗਦੇ ਰਹਿੰਦੇ ਕੁੱਤਿਆਂ ਨੂੰ ਇਗਨੋਰ ਕਰਦੀ ਸੀ ਜੇ ਇੱਕ ਅੱਧਾ ਕੋਈ ਕੁੱਤਾ ਵਿੱਚ ਵੱਢਣ ਨੂੰ ਆਂਦਾ ਸੀ ਨਾ ਤੇ ਉਹ ਪੱਥਰ ਮਾਰ ਕੇ ਉਹਨੂੰ ਭਜਾ ਆ ਜਾਂਦੀ ਸੀ ਆਦਰਵਾਇਜ਼ ਉਹ ਐਦਾਂ ਹੀ ਕਰਦੀ ਰਹਿੰਦੀ ਸੀ ਕੰਮ ਪੂਰੀ ਗਲੀ ਚੋਂ ਕੁੜ ਚੁਕੜਣਾ ਫੇਰ ਉਹਨੇ ਦੂਜੀ ਗਲੀ ਚਲੇ ਜਾਣਾ ਤੇ ਦੂਜੀ ਗਲੀ 'ਚ ਦੂਜੀ ਗਲੀ ਦੇ ਕੁੱਤੇ ਉਹਨਾਂ ਨੇ ਵੀ ਹੋਈ ਕਰਨਾ ਉਹ ਜਿੱਦਾਂ ਹੀ ਵੜਨੇ ਉਹਨਾਂ ਪਾਉਣਾ ਸ਼ੁਰੂ ਕਰ ਦੇਣਾ ਤੇ ਉਸ ਗਲੀ 'ਚ ਵੀ ਉਹਦਾ ਹੀ ਬਿਲਕੁਲ ਇਗਨੋਰ ਕਰਦੀ ਸੀ ਕੁੱਤਿਆਂ ਨੂੰ ਕੋਈ ਲੈਣਾ ਦੇਣਾ ਨਹੀਂ ਆਪਣਾ ਕੂੜਾ ਚੁੱਕਿਆ ਰੇੜੇ 'ਚ ਪਾਇਆ ਤੇ ਤੁਰ ਗਈ ਐਦਾਂ ਹੀ ਕਰਦੇ ਕਰਦੇ ਉਹਨਾਂ ਨੇ 5-6 ਘੰਟੇ ਲਾਣੇ ਤੇ 10-11 ਗਲੀਆਂ ਦਾ ਕੂੜਾ ਚੁਕਣਾ ਤੇ 500 ਰੁਪਏ ਬਣਾ ਕੇ ਆਪਣਾ ਘਰ ਨੂੰ ਚਲੇ ਜਾਣਾ ਤਾਂ ਹੁਣ ਤੁਸੀਂ ਕਹੋਗੇ ਮੈਂ ਤੁਹਾਨੂੰ ਕਹਾਣੀ ਕਿ ਸੁਣਾ ਰਿਹਾ ਇਹਦੇ ਸਿੱਖਣ ਵਾਲੀ ਕੀ ਚੀਜ਼ ਹੈ ਇਹ ਸਿੱਖਣ ਵਾਲੀ ਇਹ ਚੀਜ਼ ਆ ਕਿ ਕੁੱਤੇ ਭੌਂਕਦੇ ਨੇ ਤੇ ਭੌਂਕਦੇ ਰਹਿਣ ਦਿਓ ਤੁਸੀਂ ਆਪਣਾ ਕੰਮ ਕਰੋ ਤੇ ਆਪਣਾ ਪੈਸਾ ਬਣਾਓ ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਲੋਕ ਬੜੇ ਤੁਹਾਡੇ ਬਾਰੇ ਕਿਹੜੇ ਕੰਮ ਕਰਨਾ ਕਿਹੜਾ ਨਹੀਂ ਕਰਨਾ ਉਹਨਾਂ ਦੀ opinion ਮੈਟਰ ਨਹੀਂ ਕਰਨੀ ਵੱਡ ਮੈਟਰ ਕਰਦੀ ਐ ਐਟ ਦਾ ਐਂਡ ਆਫ ਦਾ ਡੇ ਕਿ ਤੁਹਾਡੀ ਰਿਸਪੌਂਸਿਬਿਲਟੀ ਹੈ ਕਿ ਤੁਸੀਂ ਆਪਣੇ ਬੱਚਿਆਂ ਦੀ ਫੀਸ ਭਰਨੀ ਕਿ ਤੁਸੀਂ ਆਪਣੇ ਘਰ ਚ ਦਾਣੇ ਪਾਣੇ ਕਿ ਤੁਸੀਂ ਆਪਣੇ ਬਿੱਲ ਕਪੜੇ ਲੱਤੇ ਲੈਣੇ ਕੋਈ ਮਾਇਦਾ ਲਾਲ ਨਹੀਂ ਅੱਗੇ ਆਏਗਾ ਜਦੋਂ ਤੁਹਾਨੂੰ ਲੋੜ ਪੈਗੀ ਨਾ ਕੋਈ ਮਾਇਦਾ ਲਾਲ ਲੱਗੇ ਨਹੀਂ ਆਏਗਾ ਸਿਰਫ ਤੁਸੀਂ ਹੋਗੇ ਇਸ ਕਰਕੇ ਇਸ ਚੀਜ਼ ਨੂੰ ਸਿੱਖ ਲਓ ਕਿ ਤੁਸੀਂ ਹੀ ਤੁਹਾਡੇ ਬੈਸਟ ਫਰੈਂਡ ਹੋ ਹੋਰ ਕੋਈ ਨਹੀਂ ਹੈ ਹੱਕ ਸੱਚ ਦੀ ਕਮਾਈ ਖਾਓ ਪਾਵੇਂ ਬੂਟ ਪਾਲਿਸ਼ਾ ਕਰੋ ਕੁੱਤੇ ਭੌਂਗਦੇ ਰਹਿਣਗੇ ਭੌਂਕਣ ਦਿਓ ਤੁਸੀਂ ਆਪਣਾ ਕੰਮ ਕਰੋ ਡੂ ਵਾਟਸ ਨੀਡਿਡ ਟੂ ਬੀ ਡਨ ਡੂ ਨਾਟ ਡੂ ਵਾਟ ਥੇ ਵਾਂਟ ਯੂ ਟੂ ਡੂ ਡੂ ਨਾਟ ਲਿਵ ਟੂ ਪਲੀਜ਼ ਅਦਰਸ ਥਿਸ ਇਜ਼ ਮਾਈ ਮੈਸੇਜ ਆਹੀ ਮੈਸੇਜ ਹੈ ਮੇਰਾ ਅੱਜ ਦਾ ਆਹੀ ਥੋੜਾ ਦਾ ਡੇ ਆ ਉਮੀਦ ਆ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜੇ ਤੁਹਾਨੂੰ ਥੋੜੀ ਜੀ ਥੋੜੀ ਥੋੜੀ ਜੀ ਇਨਸਪੀਰੇਸ਼ਨ ਮਿਲੀ ਹੋਏਗੀ ਰੱਬ ਰੱਖਾ ਚੜ੍ਹਦੀਕਲਾ ਆਲਵੇਸ